मासूम बच्चियां अते परिवार नूं बचाओ। ते हुण वेखदे आं खबरां विस्थार दे नाल, जां पावन सरूप दी आड़ मर्यादा तार तार, इस सवाल खड़े हो रहे ने ते नाल ही अजिहियां टिप्पणियां भी बकायदा कीतियां जा रहियां ने, किस दे वल्लों कीतियां जा रहियां ने, किस ढंग दे नाल अमृतपाल दे उपर भी अज शब्दी हमले होंदे विखाए दिते। हुण विस्थार नाल सारी खबर तुहानूं दसदे आं, पर उस तो पहला तुहानूं दस दईए कि अमृतसर जेल तो लवप्रीत सिंह उर्फ तूफान की रिहाई हो गई है। जिस गल नूं लैके कल अजनाला थाने दे बाहर सारा तनावपूर्ण माहौल बनिया सी, उस नूं लैके यह अपडेट तुहानूं दस रहे। अमृतसर जेल तो लवप्रीत उर्फ तूफान रिहा हो चुके। अजनाला थाने की घटना से DGP गौरव यादव का बयान भी सामने आया। थाने के घिराओ तो दो दिन पहला शांतिपूर्ण धरने की इजाजत मंगी गई सी। DGP का कहना कि शांतिपूर्ण धरने की इजाजत मंगी गई सी। श्री गुरु ग्रंथ साहब जी की आड़ दे विच पुलिस ते हथियारां दे नाल हमला कर दिता गया। श्री गुरु ग्रंथ साहब जी की मर्यादा करके पुलिस के हथ बन्ने गए। यह DGP का बयान तुहानूं दस रहे हैं, जिन्होंने कहा कि पुलिस के हथ बन्ने गए क्योंकि उत्थे श्री गुरु ग्रंथ साहब जी का पावन स्वरूप मौजूद सी। श्री गुरु ग्रंथ साहब जी की मर्यादा करके पुलिस के हथ बन्ने गए। शांति भंग करन वालियां नूं बख्शा नहीं जाएगा। कल की घटना की वीडियो फुटेज की जांच की जा रही है। यह तमाम दावे करते विखाई दिते DGP गौरव यादव। इस दे नाल ही उन्हें क्या इस दे नाल ही अजनाला थाने की घटना बारे सुखबीर सिंह बादल ने भी निखेधी की। उन्हें कहा कि श्री गुरु ग्रंथ साहब जी ढाल बना के थाने चले जाना बेहद मंदभाग है। सो किस वालों किस ढंग के प्रतिक्रम आए विखाने तुहानू विस्थार नाल एक रिपोर्ट। ਟਾਂਗਾ ਬਰਾਈਆਂ ਜਾ ਰਹੀਆਂ ਨੇ, ਪੁਲਿਸ ਤੇ ਹਮਲਾ ਕਰ ਦਿੱਤਾ ਗਿਆ ਅੰਮ੍ਰਿਤਪਾਲ ਦੇ ਸਾਥੀਆਂ ਵੱਲੋਂ। ਬਿਲਕੁਲ ਹਾਈਨ ਮੇਰੀ ਕੋਈ ਵੀ ਨਹੀਂ ਉਹਦੇ ਵਿੱਚ ਹੈਗਾ, ਸਾਰਾ ਕੁਝ ਸਾਰਿਆਂ ਨੂੰ ਪਤਾ ਵਾ ਜੋ ਵੀ ਸਿਸਟਮ ਹੋਇਆ ਦਾ ਵਾ। ਬਾਕੀ ਸੰਗਤਾਂ ਨੇ ਬਹੁਤ ਜ਼ਿਆਦਾ ਦਿੱਤਾ ਵਾ ਜੋਰ, ਸਾਰੇ ਦੇ ਧੰਨਵਾਦ ਸੰਗਤਾਂ ਦਾ, ਧੰਨਵਾਦ ਭਾਈ ਸਾਹਿਬ ਦਾ। ਮੇਰੇ ਵਾਲੀ ਮੇਰਾ ਜਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਆ, ਸਾਰਾ ਕੁਝ ਉਹ ਸਿੱਖ ਕੌਮ ਦੇ ਜਰਨੈਲ ਆ ਤੇ ਜਰਨੈਲ ਚੜ੍ਹਦੀ ਕਲਾ ਚ ਵਾ। ਸਾਨੂੰ ਮੰਨਣਾ ਪਵੇਗਾ ਇਹ, ਜਿੰਨਾ ਤੱਕ ਗੁਲਾਮੀ ਦੀਆਂ ਜੰਜੀਰਾਂ ਆਪਾਂ ਨਹੀਂ ਮੁਕਤ ਕਰਦੇ ਉਹਨਾਂ ਤੱਕ ਸਾਡੇ ਇਹੋ ਹਾਲ ਹੋਣਾ, ਤਸ਼ੱਦਦ ਵੀ ਹੋਣਾ ਤੇ ਜੇਲ੍ਹਾਂ ਵੀ ਭਰਨੀਆਂ ਪੈਣੀਆਂ। ਮੈਂ ਤੇ ਕਹਾਂਗਾ ਸਿੱਖ ਕੌਮ ਨੂੰ ਇੱਕ ਹੋਣਾ ਚਾਹੀਦਾ ਆ ਤੇ ਸਾਰਿਆਂ ਨੂੰ ਰਲ ਮਿਲ ਕੇ ਪਾਤਸ਼ਾਹੀ ਦਾਵਾ ਕਾਇਮ ਕਰਨਾ ਚਾਹੀਦਾ ਤੇ ਗੁਲਾਮੀ ਤੋਂ ਫੇਰ ਹੀ ਆਪਾਂ ਮੁਕਤ ਹੋਏ। ਨਹੀਂ, ਮੇਰਾ ਸਤਿਕਾਰ ਪੂਰਾ ਕੀਤਾ ਉਹਨਾਂ ਨੇ ਸਿੱਖ ਹੋਣ ਦੇ ਨਾਤੇ। ਸਾਰੇ ਅਫਸਰਾਂ ਦਾ ਮੈਂ ਧੰਨਵਾਦ ਕਰਦਾ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ। ਬਾਕੀ ਪਿਛਲੇ 2 ਦਿਨਾਂ ਤੋਂ ਸੂਬੇ ਵਿੱਚ ਮਚੇ ਕੋਹਰਾਮ ਦਾ ਕਾਰਨ ਬਣਿਆ ਲਵਪ੍ਰੀਤ ਸਿੰਘ ਤੂਫਾਨ ਆਖਿਰਕਾਰ ਜੇਲ੍ਹ ਤੋਂ ਬਾਹਰ ਆ ਗਿਆ ਅਤੇ ਸਰਕਾਰਾਂ ਖਿਲਾਫ ਲੜਾਈ ਜਾਰੀ ਰੱਖਣ ਦਾ ਐਲਾਨ ਵੀ ਠੋਕ ਦਿੱਤਾ। ਉਸ ਤੋਂ ਪਹਿਲਾਂ ਸਵੇਰ ਤੋਂ ਅਜਨਾਲਾ ਥਾਣਾ ਕਿਸੇ ਛੋਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਤੂਫਾਨ ਦੀ ਰਿਹਾਈ ਦਾ ਅਜਨਾਲਾ ਵਿੱਚ ਅੰਮ੍ਰਿਤਪਾਲ ਆਪਣੇ ਸਮਰਥਕਾਂ ਦੇ ਨਾਲ ਇੰਤਜ਼ਾਰ ਕਰਦਾ ਰਿਹਾ ਅਤੇ ਕੱਲ ਹੋਏ ਘਟਨਾਕ੍ਰਮ ਦੇ ਲਈ ਸਰਕਾਰਾਂ ਨੂੰ ਹੀ ਜ਼ਿੰਮੇਵਾਰ ਦੱਸਦਾ ਰਿਹਾ। ਸਰਕਾਰ ਸਾਡੀ ਤੜ ਚੱਕ ਕਰਦੀ ਸੀ, ਕੱਲ ਜੋ ਕੁਛ ਹੋਇਆ ਨਹੀਂ ਸੀ ਹੋਣਾ ਚਾਹੀਦਾ, ਪਰ ਉਹਦੇ 'ਚ ਗਲਤੀ ਕਿਹਦੀ ਹੈ? ਤਾਂ ਪੁਲਿਸ ਨੂੰ ਮੈਂ ਕਹਿੰਦਾ, ਦੇਖੋ ਸਰਕਾਰਾਂ ਦੇ ਦਬਾਅ 'ਚ ਆਣ ਕੇ ਤੁਸੀਂ ਪ੍ਰਸ਼ਾਸਨ ਵਾਲੇ ਆਪਣੀ ਕਾਰਵਾਈ ਜਿਹੜੀ ਹੈ ਨਾ ਉਹ ਨਾ ਗਲਤ ਮਲਤ ਕਰਿਆ ਕਰੋ, ਕਿਉਂਕਿ ਆ ਜਾ ਕੇ ਕਲੈਸ਼ ਤੁਹਾਡੇ ਨਾਲ ਸੰਗਤ ਦਾ ਹੁੰਦਾ ਹੈ। ਕਿਸੇ MLA ਦਾ ਕਲੈਸ਼ ਹੁੰਦਾ ਵੇਖਿਆ, ਕਿਸੇ ਮੁੱਖ ਮੰਤਰੀ ਦਾ ਕਲੈਸ਼ ਹੁੰਦਾ ਵੇਖਿਆ? ਤੁਸੀਂ ਇਹਨਾਂ ਨੂੰ ਬਚਾਉਣ ਦੀ ਖਾਤਰ, ਇਹਨਾਂ ਦੀ ਪੋਲੀਟੀਕਲ ਐਸਪੀਰੇਸ਼ਨ ਪੂਰੀਆਂ ਕਰਨ ਦੀ ਖਾਤਰ ਕਿਉਂ ਸੰਗਤਾਂ ਨਾਲ ਉਲਝਣਾ? ਤੁਸੀਂ ਇੱਦਾਂ ਕਰੋ ਵੀ ਜਿੱਥੇ ਸੱਚ ਹੈ ਉੱਥੇ ਠੋਕ ਕੇ ਸਰਕਾਰ ਨੂੰ ਕਹੋ ਵੀ ਭਾਵੇਂ ਅਸਤੀਫਾ ਦੇਣਾ ਪੈ ਜੇ ਅਸੀਂ ਨਹੀਂ ਤੁਹਾਡੇ ਆ ਕੇ। ਤੂਫਾਨ ਜੇਲ੍ਹ ਤੋਂ ਸਿੱਧਾ ਸਿਆਸੀ ਸਫਾਂ ਵਿੱਚ ਆ ਵੱਜਿਆ ਤਾਂ ਬੈਕਫੁੱਟ ਤੇ ਆਈ ਸਰਕਾਰ ਨੇ DGP ਨੂੰ ਅਗਾਹ ਕਰ ਦਿੱਤਾ ਅਤੇ ਕਾਰਵਾਈ ਨਾ ਕਰਨ ਨੂੰ ਥਾਣੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਮੌਜੂਦਗੀ ਨੂੰ ਕਰਾਰ ਦੇ ਦਿੱਤਾ। ਕਿਹਾ ਕਿ ਹੁਣ ਅਸੀਂ ਵੀਡੀਓ ਵੇਖ ਕੇ ਅੰਮ੍ਰਿਤਪਾਲ ਸਿੰਘ ਤੇ ਸਖਤ ਕਾਰਵਾਈ ਕਰਾਂਗੇ। ਫੇਰ ਤੌਰ ਤੇ ਇਨਵੈਸਟੀਗੇਸ਼ਨ ਕਰਾਉਣ ਦੀ ਇਹਦੀ ਅਸ਼ੋਰੈਂਸ ਦਿੱਤੀ ਗਈ ਸੀਗੀ ਤੇ ਉਹਨਾਂ ਨਾਲ ਇੰਗੇਜਮੈਂਟ ਕੀਤੀ ਗਈ ਸੀ। ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਬਾਰੇ ਮੁਜ਼ਾਹਰਾ ਕਰਨਾ ਚਾਹੁੰਦੇ ਹਾਂ, ਪੀਸਫੁੱਲ ਮੁਜ਼ਾਹਰਾ ਕਰਨਾ ਚਾਹੁੰਦੇ ਹਾਂ, ਸੋ ਕੀਪਿੰਗ ਇਨ ਵਿਊ ਦਾ ਡੈਮੋਕਰੈਟਿਕ ਟ੍ਰੈਡੀਸ਼ਨਸ ਪੀਸਫੁੱਲ ਮੁਜ਼ਾਹਰਾ ਉਹਨਾਂ ਨੂੰ ਅਲਾਓ ਕੀਤਾ ਗਿਆ। ਪੁਲਿਸ ਨੇ ਉਹਨਾਂ ਨੂੰ ਇੰਗੇਜ ਕੀਤਾ। ਜਿਹੜੀ SSP ਅੰਮ੍ਰਿਤਸਰ ਰੂਰਲ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਉਹਨਾਂ ਨੂੰ ਅਸ਼ੋਰ ਕੀਤਾ ਗਿਆ ਕਿ ਤੁਸੀਂ ਸਾਨੂੰ ਜਿੱਥੇ ਰੋਕੋਗੇ ਅਸੀਂ ਰੁਕ ਜਾਵਾਂਗੇ ਅਤੇ ਅਸੀਂ ਪੀਸਫੁੱਲ ਰਹਾਂਗੇ ਅਤੇ ਪੀਸਫੁੱਲ ਪ੍ਰੋਟੈਸਟ ਸਾਡਾ ਰਾਈਟ ਹੈ। ਇਨ ਦਿਸ ਬੈਕਗਰਾਊਂਡ ਜਿਹੜਾ ਕੱਲ੍ਹ ਪੁਲਿਸ 'ਤੇ ਅਟੈਕ ਕੀਤਾ ਗਿਆ,
ते शार्प एज वैपन्स यूज किए गए, इट वट्टे रोड़े चले, तो गुरु ग्रंथ साहब पालकी साहब के कवर के पुलिस के उपर अटैक किया गया। 6 पुलिस परसन हैव बीन इंजर्ड। सो इस दे बारे मैं यह कहना चाहवागा कि जड़ा पुलिस ने अटमोस्ट रेस्ट्रेंट नाल काम लिता बिकॉज ऑफ मर्यादा ऑफ श्री गुरु ग्रंथ साहब जी। हर मनुख हर इंसान गुरु ग्रंथ साहब जी का सत्कार करता है। सो इस करके इस दी आड़ दे विच पुलिस ते अटैक करना एक बेहद बुजदिल एक्शन है, एक कायरता का प्रतीक है। जितों तक कल दे इंसीडेंट का सवाल है, असी इस ते एप्रोप्रिएट एक्शन लांगे। वीडियो फुटेज एनालाइज की जा रही, साढ़े जड़े इंटरनेशनल हॉकी प्लेयर जुगराज सिंह सीगे, आर ऑफिसर्स लेट फ्रॉम द फ्रंट, SSP आप बैरीकेड ते सीगे, नाल उन्हां दे जड़े साढ़े SP सीगे, ही हैज़ बीन इंजर्ड विद 11 स्टिचेस, ते साढ़े 5 होर मुलाजिम इंजर्ड हुए हैगे। सो उन्हां दे स्टेटमेंट रिकॉर्ड करके असी फर्दर लीगल एक्शन लांगे। दूजे पासे विरोधी श्री गुरु ग्रंथ साहिब जी नूं टाल बना के कीते गए अजिहे प्रदर्शन ते सवाल चुक रहे ने। जिक्रे खास है कि अपने साथी दी रिहाई दे लई थाने नूं घेरन पहुंचे अमृतपाल अते उन्हां दे हिमायतियां वल्लों पालकी साहब नूं वी थाने दे अंदर ले जाया गया सी, जिस ते श्रोमणी अकाली दल प्रधान सुखबीर सिंह बादल ने सवाल चुके ने अते तमाशबीन बनी सरकार नूं वी ताड़ना कीती है कि सूबे दा अमन चैन श्रोमणी अकाली दल किसी भी हालत विच खराब नहीं होण देवेगा। श्रोमणी अकाली दल चाहुंदा है कि पंजाब वधे, इत्थे भाईचारक सांझ होगी ताई तरक्की होगी, जे अमन शांति होगी तां तरक्की होगी। दूजियां जिहड़ियां पार्टियां उन्हां दी सोच है कि आपां धर्म नूं धर्म नाल लड़ा के इत्थे अमन शांति भंग करके आपां एक सैक्शन नूं लै के आप अपना पोलिटिकल बेस बनाइए। अज साडी कोर कमेटी की मीटिंग हुई सी, मैं पंजाब की जनता नूं सिख पंथ नूं सारे धर्मां दे लोकां नूं मैं विश्वास दिवाना चाहुंदा कि श्रोमणी अकाली दल किसी हालत विच भी अमन शांति पंजाब च भंग नहीं होण देगा। श्रोमणी अकाली दल किसी हालत विच भी भाईचारक सांझ टुटन नहीं देगा। ਵੱਧ ਤੋਂ ਵੱਧ ਕੁਰਬਾਨੀਆਂ ਦੇਣੀਆਂ ਪੈਣ, ਸ਼ਹਾਦਤਾਂ ਦੇਣੀਆਂ ਪੈਣ, ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਸ਼ਹਾਦ ਦੇਗਾ। ਜੋ ਕੱਲ੍ਹ ਹਾਲਾਤ ਅਜਨਾਲੇ ਹੋਏ, ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ, ਇੱਕ ਸਿੱਖ ਹੋਣ ਦੇ ਨਾਤੇ ਮੈਂ ਕੰਡੈਮ ਕਰਨਾ ਚਾਹੁੰਦਾ ਸਖ਼ਤ ਤੋਂ ਸਖ਼ਤ ਲਫ਼ਜ਼ਾਂ ਨਾਲ ਕਿ ਇੱਕ ਕੁਛ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਢਾਲ ਬਣਾ ਕੇ एक पुलिस स्टेशन ते हमला किया। भावें नगर कीर्तन होए, भावें घर वास्ते तुसीं गुरु घर चों गुरु ग्रंथ साहिब जी महाराज नूं लैके जाने हो, बड़े सत्कार नाल सिर ते रख के पालकी साहिब रख के आपां सब तो अगे आपां झाड़ू फेरदे पानी छिड़कदे आपां लैके जाने हैं, सिर ढक के जुत्ते ला के ਆਪਾਂ ਨਾਲ ਚੁਲਦੇ ਹਾਂ। ਅਤੇ ਵੱਡੀ ਗੱਲ ਆ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਲਕੀ ਸਾਹਿਬ ਵੀ ਜਾਂਦੀ ਹੈ, ਸਾਰੀ ਸੰਗਤ ਪਿੱਛੇ ਹੁੰਦੀ ਹੈ, ਇੱਥੇ ਸਾਰੇ ਅੱਗੇ ਕਿਰਪਾਨਾਂ ਲੈ ਕੇ, ਇਹ ਜਿਹੀਆਂ ਘਟਨਾ ਨਹੀਂ ਵਰਤਣੀਆਂ ਚਾਹੀਦੀਆਂ। ਜਦੋਂ ਮੈਂ ਦੇਖੀ ਉਹ ਘਟਨਾ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਢਾਲ ਬਣਾਇਆ ਗਿਆ ਅਤੇ ਉਸ ਜਗ੍ਹਾ 'ਤੇ ਲੈ ਕੇ ਗਿਆ, ਮੇਰੇ ਕੋਲ ਮੈਂ ਕਹਿੰਦਾ ਸਖ਼ਤ ਤੋਂ ਸਖ਼ਤ ਲਫ਼ਜ਼ ਚਾਹੀਦੇ ਹੈ ਸਾਰੀ ਪੰਥ ਤਰਫੋਂ, ਇਹਨੂੰ ਨਿੰਦਾ ਕੀਤਾ ਜਾਏ। ਸਾਰੇ ਧਰਮਾਂ ਦੇ ਲੋਕਾਂ ਨੂੰ, अमन संबंध लोगों मैं बेनती करना चाहना, पंजाब विच आपां कट्ठे रहिए, भाईचारक सांझ बना के रखिए। तो मैं सेंटर सरकार नूं ताड़ना करना चाहना, पंजाब की सरकार नूं, आ दोनों की लड़ाई दोनों ने दी चाल नाल अज हालात पंजाब दे बिगड़ गए हैं। जो सेंटर सरकार दीआं नीतियां पंजाब प्रति है, तो नाले जिहड़ी आम आदमी पार्टी सरकार की नीति है, जिस तरीके ने उन्होंने माहौल खराब कर दिता है, तो मैं कहना कि आ दोनों जिम्मेवार है। पहले इन्होंने परचा दिता, फिर कहिंदे झूठा परचा। मैं जे झूठा परचा तो सख्त निंदा करना चाहना सरकार की, कि जे झूठा परचा फिर क्यों दिता, कि तुसीं जिन्हां ने अफसरां ने आ परचा झूठा दिता कि उन्होंने सज़ा दोगे। जिहड़ियां दूजियां नैशनल पार्टियां वो पंजाब की धरती नूं
अपनी जंग वांगू वरतना चाहुंदी है। आम आदमी पार्टी भी वरत रही है, बीजेपी भी हुण वरत रही है। बीजेपी एक धर्म नूं दूजे धर्म नाल लड़ा के पोलराइज करन दी सोच रही है। इकल्ली उवें कांग्रेस कर रही है, इकल्ली श्रोमणी अकाली दल है जो सारे भरावां नूं कट्ठे रख के पंजाब नूं बचाउणा चाहुंदी है। तो आई कारण है असीं हर कुछ कुर्बान करांगे अपने पंजाब वास्ते। जिहड़ा स्टेट गवर्नमेंट दा डर है, अज जो हालात पंजाब दे है, मुख्यमंत्री फेल हो गया, पर जय जी हालात बनाती है इस आम आदमी पार्टी की सरकार ने तबाह कर देना पंजाब। इस घटना दी वीडियो सामने आने तो बाद पंजाब पुलिस अते पंजाब सरकार दोवां ते ही सवाल उठ रहे ने, पर सब तो वड्डा नुकसान जनता दा डगमगाउंदा सरकारां ते ओ परोसा है जिसनूं मुड़ कायम करन लई लम्मा समा लगेगा। अजनाला तो मनिंदर मोंगा दे नाल रमनदीप शर्मा, पीटीसी न्यूज चंडीगढ़। फिलहाल तुहानू सीधा लै चलदे अमृतसर, जिथे अमृतपाल सिंह इस वेले दरबार साहब पहुंच चुके ने, की कह रहे ने सुनदे आ। आप उन लोगों पे शिकंजा कसे जिन्होंने ये सब किया, उन पे शिकंजा कसे जिन्होंने ये फेक एफआईआर लॉन्च की है। ਇਹ ਸਰਕਾਰ ਨੇ ਕੀ ਕੋ ਸਕਦੀ ਮੈਨੂੰ ਕੀ ਪਤਾ ਇਸ ਦਾ ਜੀ ਲਾਪਰਵਾਹੀ ਨਹੀਂ ਕਿਹਾ ਕੁਛ ਵੀ ਕਿ ਮੈਨੂੰ ਕੁਛ ਮਨਾ ਨਹੀਂ ਡਾਕਟਰ ਵਗੈਰਾ ਕੀ ਕਰਦਾ ਦੇਖੋ ਕੋਰੇ ਕਾਗਜ਼ਾਂ ਤੇ ਪੁਲਿਸ ਵਾਲੇ ਸੈਨ ਕਰਾਉਂਦੇ ਤੁਹਾਨੂੰ ਕਸਟਡੀ ਦਾ ਪਤਾ ਰਿਮਾਂਡਾਂ ਚ ਕੀ ਹੁੰਦਾ ਸਾਰਾ ਕੁਝ ਇਹ ਸਵਾਲ ਹੀ ਨਹੀਂ ਹੈਗਾ ਵੀ ਕੀ ਹੁੰਦਾ ਕੀ ਨਹੀਂ ਸਰ ਜੇ ਹੁਣ ਜਿੱਦਾਂ ਇਹ ਕਹਿ ਰਹੇ ਡੀਜੀਪੀ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ ਜੇ ਲੱਗਦਾ ਕਿ ਤੁਹਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਕਰਜ਼ਾ ਛਾਪੇ ਮਾਰੀ ਦੇਖੋ ਅਗਲਾ ਐਕਸ਼ਨ ਤੁਹਾਡੇ ਨੂੰ ਕੀ ਹੋਵੇਗਾ ਨੌਜਵਾਨਾਂ ਦੇ ਕਰਜ਼ਾ ਛਾਪੇ ਮਾਰੀ ਹੋਣਗੇ ਨੌਜਵਾਨਾਂ ਨੂੰ ਘਰ ਛੱਡਣੇ ਪਏ ਤੇ ਨੌਜਵਾਨ ਕਿਹੜੇ ਰਾਹ ਤੇ ਤੁਰਨਗੇ ਦੱਸੋ ਮੈਨੂੰ ਅੱਗੇ ਤਾਂ ਗੈਂਗਸਟਰ ਪੈਦਾ ਕੀਤੇ ਹੁਣ ਤੁਸੀਂ ਕਾੜਕੂ ਕਰਨੇ ਇਹ ਡੀਜੀਪੀ ਸੋਚ ਸਮਝ ਕੇ ਬਿਆਨ ਦੇਵੇ ਕਿੱਦਾਂ ਦਾ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਇਹ ਲੱਗਦਾ ਭਾਈ ਸਾਹਿਬ ਜੀ ਇਦਾਂ ਦੀ ਟਿੱਪਣੀ ਕਰਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਇਹ ਕਰ ਰਹੇ ਨੇ ਮਾਹੌਲ ਖਰਾਬ ਅਸੀਂ ਨਹੀਂ ਕਰ ਰਹੇ ਢਿੰਡਰੀਆਂ ਵਾਲਾ ਵੀ ਖਰਾਬ ਹੋ ਗਿਆ ਪਿਆ ਵਾ ਕੋਈ ਉਹਨੂੰ ਛੱਡੋ ਕੌਣ ਹੈ ਪਤਾ ਹੀ ਹੈਗਾ ਪੰਜਾਬ ਦੀ ਦੇਖੋ ਪੰਜਾਬ ਪੀਸਫੁਲ ਸਟੇਟ ਹੈ ਯੂਪੀ ਬਿਹਾਰ ਚ ਇਹੋ ਜਿਹੇ ਰੋਜ਼ ਇੰਸੀਡੈਂਟ ਵਾਪਰਦੇ ਕਮਿਊਨਲ ਹੇਟਡ ਜਿਹੜਾ ਵਾ ਕਮਿਊਨਲ ਵਾਇਲੈਂਸ ਸਾਰਾ ਸਾਲ ਚੱਲਦਾ ਯੂਪੀ ਔਰ ਬਿਹਾਰ ਮੇ ਔਰ ਨਿੱਜੀ ਜ਼ਿੰਦਗੀ ਬਾਰੇ ਕਮੈਂਟ ਕਰ ਰਿਹਾ ਹੈ ਓਏ ਉਹ ਮੈਂ ਉਹਨਾਂ ਨੂੰ ਗਿਣਦਾ ਨਹੀਂ ਬੰਦਿਆਂ ਚ ਮੇਰੇ ਕੋ ਸਵਾਲ ਨਾ ਕਰਿਆ ਕਰੋ ਸਰ ਕਿਹਨੂੰ ਥੋੜਾ ਦੱਸ ਦਿਓ ਕਿਹਨੂੰ ਢੱਡਰੀ ਵਾਲੇ ਨੂੰ ਮੈਂ ਸੰਗਤ ਨੂੰ ਮੈਂ ਅਪੀਲ ਕਰਦਾ ਵੱਧ ਤੋਂ ਵੱਧ ਪੰਥ ਦੇ ਨਾਲ ਜੁੜੋ ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋ ਅੰਮ੍ਰਿਤ ਛਕ ਕੇ ਨਸ਼ੇ ਤਿਆਗੋ ਨਸ਼ੇ ਤਿਆਗ ਕੇ ਪੰਥ ਲਈ ਸੰਘਰਸ਼ ਕਰੋ ਪਤਾ ਨਹੀਂ ਇਹਦੀ ਗਿਣਤੀ ਮਹਾਰਾਜ ਜਾਣਦਾ ਪਰ ਹਜ਼ਾਰਾਂ ਦੀ ਗਿਣਤੀ ਤਾਂ ਹੋਣੀ ਹੈ ਸਤਿਗੁਰ ਦੀ ਕਿਰਪਾ ਦੇ ਨਾਲ ਅਤੇ ਅੱਜ ਕੱਲ੍ਹ ਹੀ 150 ਸਿੰਘ ਜਿਹੜਾ ਅੰਮ੍ਰਿਤ ਛੱਕ ਗਿਆ ਉੱਥੇ 150 ਸਿੰਘ ਸਿੰਘਣੀ ਨੇ ਅੰਮ੍ਰਿਤ ਛੱਕਿਆ ਵਿੱਚ ਬੱਚਿਆਂ ਭਜੰਗੀਆਂ ਨੇ ਸੋ ਸਤਿਗੁਰ ਕਿਰਪਾ ਕਰਨੇ ਗਿਣਤੀ ਦਾ ਮਸਲਾ ਨਹੀਂ 1.25 ਲੱਖ ਸਿੰਘ ਇੱਕ ਹੁੰਦਾ ਇੱਥੇ ਹਜ਼ਾਰਾਂ ਸਿੱਖ ਅੰਮ੍ਰਿਤ ਛੱਕ ਰਹੇ ਨੇ ਇਸੇ ਕਰਕੇ ਕਿ ਸਰਕਾਰ ਦਾ ਕਾਰੋਬਾਰ ਬੰਦ ਹੋ ਗਿਆ ਹਾਂਜੀ ਸੰਗਤਾਂ ਨੇ ਗੱਡੀ ਦਿੱਤੀ ਹੈ ਕਿਸੇ ਨੂੰ ਜੇ ਇਤਰਾਜ਼ ਹੈ ਤਾਂ ਕੋਈ ਨਹੀਂ ਜਿੱਦਣ ਸੰਗਤਾਂ ਨੇ ਦਿੱਤੀ ਸੰਗਤ ਲੈ ਵੀ ਸਕਦੀ ਹੈ ਬਿਲਕੁਲ ਜੀ ਤਾਂ ਅੰਮ੍ਰਿਤਪਾਲ ਸਿੰਘ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਤੂਫਾਨ ਵੀ ਨਾਲ ਹੈ ਜੋ ਕਿ ਅੱਜ ਰਿਹਾ ਲਪਰੇ ਤੁਰਫ ਤੂਫਾਨ ਫਿਲਹਾਲ ਸਾਡੇ ਸਹਿਯੋਗੀ ਮਨਿੰਦਰ ਮੋਂਗਾ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਹੋਰ ਅਪਡੇਟ ਦੇ ਲਈ ਮਨਿੰਦਰ ਅਸੀਂ ਵੇਖਿਆ ਲਪਰੇ ਤੂਫਾਨ ਜਿਸ ਨੂੰ ਕਿ ਅੱਜ ਰਿਹਾਈ ਮਿਲੀ ਹੈ ਅੰਮ੍ਰਿਤਪਾਲ ਦੇ ਨਾਲ ਦਰਬਾਰ ਸਾਹਿਬ ਪਹੁੰਚੇ ਕੀ ਕੁਝ ਇੱਥੇ ਸਵਾਲਾਂ ਦਾ ਸਾਹਮਣਾ ਅੰਮ੍ਰਿਤਪਾਲ ਨੂੰ ਕਰਨਾ ਪਿਆ ਅਤੇ ਕੀ ਕੁਝ ਜਵਾਬ ਵੇਖਣ ਨੂੰ ਮਿਲੇ ਹਨ ਜੀ ਮਨਿੰਦਰ ਸੁਣ ਪਾ ਰਹੇ ਹੋ ਤੁਸੀਂ ਤਾਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਕੁਝ ਸਵਾਲਾਂ ਦਾ ਸਾਹਮਣਾ ਇੱਥੇ ਅੰਮ੍ਰਿਤਪਾਲ ਸਿੰਘ ਨੂੰ ਕਰਨਾ ਪੈ ਰਿਹਾ ਕੀ ਕੁਝ ਜਵਾਬ ਵੇਖਣ ਨੂੰ ਮਿਲੇ ਹਨ ਮਨਿੰਦਰ ਤਾਂ ਫਿਲਹਾਲ ਸਾਡੇ ਸਹਿਯੋਗੀ ਮਨਿੰਦਰ ਨਾਲ ਸਾਡਾ ਸੰਪਰਕ ਨਹੀਂ ਹੋ ਪਾ ਰਿਹਾ ਪਰ ਤਸਵੀਰਾਂ ਲਾਈਵ ਹਨ ਜੀ ਹਾਂ ਸਿੱਧੀਆਂ ਤਸਵੀਰਾਂ ਇਸ ਵੇਲੇ ਸ਼੍ਰੀ ਦਰਬਾਰ ਸਾਹਿਬ ਤੋਂ ਤੁਹਾਡੇ ਟੀ ਵੀ ਸਕਰੀਨਸ 'ਤੇ ਤੁਸੀਂ ਵੇਖ ਪਾ ਰਹੇ ਹੋ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਹਨ ਲਵਪ੍ਰੀਤ ਉਰਫ ਤੂਫਾਨ ਨਾਲ ਮੌਜੂਦ ਹਨ ਅੰਮ੍ਰਿਤਪਾਲ ਸਿੰਘ ਜੀ ਹਾਂ ਤੁਹਾਨੂੰ ਦੱਸ ਦਈਏ ਅੱਜ ਹੀ ਰਿਹਾਈ ਹੋਈ ਆ ਲਵਪ੍ਰੀਤ ਉਰਫ ਤੂਫਾਨ ਦੀ ਅੰਮ੍ਰਿਤਸਰ ਕੇਂਦਰੀ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਨਾਲ ਲਵਪ੍ਰੀਤ ਉਰਫ ਤੂਫਾਨ ਇਸ ਵੇਲੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਹਨ ਹਾਲਾਂਕਿ ਮੀਡੀਆ ਵੱਲੋਂ ਵੱਖ ਵੱਖ ਢੰਗ ਦੇ ਸਵਾਲ ਦਾਗੇ ਗਏ ਸਵਾਲਾਂ ਦਾ ਸਾਹਮਣਾ ਕਰਦੇ ਵਿਖਾਈ ਦਿੱਤੇ ਅੰਮ੍ਰਿਤਪਾਲ ਡੀਜੀਪੀ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਡੀਜੀਪੀ ਦੇ ਉੱਪਰ ਵੀ ਵਰਦੇ ਵਿਖਾਈ ਦਿੱਤੇ ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਪਹਿਲਾਂ ਗੈਂਗਸਟਰ ਪੈਦਾ ਕੀਤੇ ਗਏ ਜੇਕਰ ਹੁਣ ਵੀ ਅਜਿਹੀ ਧੱਕੇਸ਼ਾਹੀ ਪੁਲਿਸ ਕਰੇਗੀ ਤਾਂ ਕੀ ਵਾਕਈ 'ਚ ਪੁਲਿਸ ਖਾੜਕੂ ਪੈਦਾ ਕਰਨਾ ਚਾਹੁੰਦੀ ਹੈ ਫਿਲਹਾਲ ਇਹ ਤਸਵੀਰਾਂ ਦਰਬਾਰ ਸਾਹਿਬ ਦੇ
अंदर दियां जहां तमाम जड़े सुरक्षा गार्ड मौजूद होंगे ने अमृतपाल सिंह दे नाल ओ सुरक्षा घेरा भी इस वेले वेख्या जा सकता है, हत्था च हथियार भी वेखे जा सकते हैं। मीडिया का जमावड़ा अमृतपाल अते लवप्रीत उर्फ तूफान इस वेले श्री दरबार साहब नतमस्तक होने पहुँचे हैं। हालांकि लगातार मीडिया वालों भी सवाल पूछे जा रहे हैं, वख वख पहलुओं नूं लैके सवाल उठने लाजमी भी हैं, जिन्हों का अमृतपाल वालों जवाब भी दिता गया। अमृतपाल का यही कहना है कि पुलिस प्रशासन अते सरकारां जेकर अजिहियां तक्केशाहियां करनगियां तां उसका माड़ा सिट्टा निकलेगा, नाल ही सरकारां दे उपर पुलिस प्रशासन दे उपर तिखे शब्दी हमले करते विखाई दे रहे हैं। अमृतपाल तुहानूं दस दी कल अजनाला दे विच थाने दे अंदर जो कुछ भी वापरिया उसनूं लैके लगातार सवाल भी उठ रहे हैं। अज उसनूं लैके वख वख ढंग दीआं प्रैस कॉन्फ्रेंसिस भी वेखण नूं मिलियां। खास तौर पर डी जी पी गौरव यादव ने भी अज प्रैस कॉन्फ्रेंस करके कहा कि असी वीडियो फुटेज खंगाल रहे हैं, जो कोई भी दोषी होया उसके खिलाफ़ बनती कार्रवाई जरूर की जाएगी। पर अमृतपाल सिंह का कहना है कि सरकारां अते पुलिस प्रशासन अजिहियां तक्केशाहियां जेकर करनगियां तां फिर उसका माड़ा सिट्टा निकलेगा। तो अमृतपाल सिंह ते लवप्रीत उर्फ तूफान इस वेले श्री दरबार साहब पहुँच चुके हैं, नतमस्तक हो रहे हैं। मीडिया नाल मुड़ तो मुखावते होणगे तां वह भी अपडेट तुहानूं देवांगे। फिलहाल अजनाला थाने च श्री गुरु ग्रंथ साहब का पावन सरूप ले जाण दे मामले दे विच श्री अकाल तख्त साहब के जथेदार ने बयान दिता है। जहाँ श्री अकाल तख्त साहब के जथेदार का प्रतिक्रम वेखण नूं मिलिया, उन्होंने कहा कि जिथे गुरु साहब जी के माण सत्कार दे विच कमी आउण दा खदशा होवे उत्थे विचारना चाहिए। जथेदार साहब ने पुरातन इतिहास तो सीध लैण दी भी नसीहत दी। जथेदार ज्ञानी हरप्रीत सिंह ने फेसबुक पोस्ट पा के इतिहास तो सीध लैण दी नसीहत दी है। ज्ञानी हरप्रीत सिंह ने फेसबुक पोस्ट पा के लिखा कि जे कोई जबर जुलम के खिलाफ मनुखी हकों नूं कुचलन के खिलाफ जां सिखां दे हक हकूकां दे लई संघर्ष करता है तो उसका सीधे ज असिधे रूप के डटवी हमायत करनी चाहिए है। इस कारज के गुरु साहब अगे अरदास करके असीस लैना भी जरूरी है। जिथे संघर्ष करद श्री गुरु ग्रंथ साहब जी के माण सत्कार च कमी आउण दा खदशा होवे उत्थे विचारना जरूर चाहिए है। सानू पुरातन इतिहास तो सीध लै लेनी चाहिए है। ज्ञानी हरप्रीत सिंह का फेसबुक पोस्ट तुसी वेख पा रहे हो, पुरातन इतिहास तो सीध लैण की नसीहत दिंदे विखाई दे रहे हैं जसर ज्ञानी हरप्रीत सिंह।